ਲਾਲਾ ਲਾਜਪਤਰਾਏ ਜੀ ਉਹਨਾਂ ਸੱਚੇ ਅਤੇ ਸੁੱਚੇ ਦੇਸ਼ ਭਗਤਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਢੋਲ ਵਿੱਚ ਵੱਧ ਛੜ ਕੇ ਹਿੱਸਾ ਲਿਆ ਭਾਰਤ ਦੇ ਆਜ਼ਾਦੀ ਦੇ ਇਤਿਹਾਸ ਵਿੱਚ ਲਾਲਾ ਲਾਜਪਤਰਾਏ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਲਾਲਾ ਜੀ ਇੱਕ ਸਾਹੀ ਤਿਆਗੀ ਅਤੇ ਬਲਿਦਾਨੀ ਦੇਸ਼ ਭਗਤ ਸਨ ਲਾਲਾ ਲਾਜਪਤਰਾਏ ਜੀ ਦਾ ਜਨਮ ਪਿੰਡ ਟੂ ਡਿਕੇ ਜ਼ਿਲ੍ਹਾ ਮੋਗਾ ਵਿੱਚ 28 ਜਨਵਰੀ 1865 ਨੂੰ ਮੁੰਚੀ ਰਾਧਾਕਿਸ਼ਨ ਜੀ ਅਤੇ ਮਾਤਾ ਗੁਲਾਬ ਦੇਵੀ ਜੀ ਦੇ ਹੋਇਆ ਉਹਨਾਂ ਨੇ ਮੋਢਲੀ ਵਿਦਿਆ ਆਪਣੇ ਪਿਤਾ ਜੀ ਤੋਂ ਹਾਸਲ ਕੀਤੀ ਪ੍ਰਾਇਮਰੀ ਤੱਕ ਦੀ ਪੜਾਈ ਲਾਲਾ ਜੀ ਨੇ ਰੋਪੜ ਦੇ ਸਰਕਾਰੀ ਸਕੂਲ ਵਿੱਚ ਅਤੇ 8ਵੀਂ ਦੀ ਪ੍ਰੀਖਿਆ ਜਗਰਾਉਂ ਸਕੂਲ ਤੋਂ ਪ੍ਰਾਪਤ ਕੀਤੀ ਨਵੰਬਰ 1880 ਵਿੱਚ ਉਚੇਰੀ ਵਿਦਿਆ ਲਈ ਲਾਹੌਰ ਚਲੇ ਗਏ ਦਸੰਬਰ 1882 ਵਿੱਚ ਲਾਲਾ ਸਾਈਂ ਦਾਸ ਜੀ ਪ੍ਰੇਰਣਾ ਨਾਲ ਲਾਲਾ ਲਾਜਪਤਰਾਏ ਨੇ ਆਰਿਆ ਸਮਾਜ ਵਿੱਚ ਪ੍ਰਵੇਸ਼ ਕੀਤਾ ਸੋਮੇਂਧਿਆਨੰਦ ਸਰਸਵਤੀ ਨੇ 10 ਅਪ੍ਰੈਲ 1875 ਨੂੰ ਬੰਬਈ ਵਿੱਚ ਆਰਿਆ ਸਮਾਜ ਦੀ ਨੀਂਹ ਰੱਖੀ ਇੱਥੇ ਲਾਲਾ ਲਾਜਪਤਰਾਏ ਵੱਲੋਂ ਬਿਤਾਏ 2 ਸਾਲ ਉਹਨਾਂ ਦੇ ਪਵਿੱਖ ਲਈ ਬੜੇ ਮਹੱਤਵਪੂਰਨ ਸਿੱਧ ਹੋਏ। ਉਹਨਾਂ ਨੇ ਦੇਸ਼ ਪਿਆਰ ਅਤੇ ਸਮਾਜ ਸੁਧਾਰ ਦਾ ਪਹਿਲਾ ਪਾਠ ਇੱਥੇ ਹੀ ਪੜ੍ਹਿਆ। ਸਨ 1886 ਵਿੱਚ ਪ੍ਰੈਕਟਿਸ ਕਰਨ ਲਈ ਰੋहतक ਛੱਡ ਕੇ ਹਿਸਾਰ ਆ ਗਏ। ਇੱਥੇ ਲਾਲਾ ਜੀ ਨੇ 6 ਸਾਲ ਕੰਮ ਕੀਤਾ ਇਥੇ ਹੀ ਉਹਨਾਂ ਨੂੰ ਨਗਰਪਾਲਿਕਾ ਦੇ ਨਿਰਵਿਰੋਧ ਮੈਂਬਰ ਚੁਣ ਲਿਆ ਗਿਆ ਅਤੇ ਲਾਲਾ ਚੰਦੂ ਲਾਲ ਨਾਲ ਮਿਲ ਕੇ ਹਸਾਰ ਆਰਿਆ ਸਮਾਜ ਦੀ ਨੀਂਹ ਰੱਖੀ 1892 ਵਿੱਚ ਲਾਲਾ ਜੀ ਹਸਾਰ ਛੱਡ ਕੇ ਲਾਹੌਰ ਗਏ ਉਹਨਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ 1888 ਵਿੱਚ ਕਾਂਗਰਸ ਦੇ ਅਲਾਹਾਬਾਦ ਦੇ ਚੌਥੇ ਸਾਲਾਨਾ ਅਜਲਾਸ ਤੋਂ ਸ਼ੁਰੂ ਹੋਈ ਇਸ ਵਿੱਚ ਲਾਲਾ ਜੀ ਨੇ ਪੰਜਾਬ ਤੋਂ ਚੁਣੇ ਗਾਇ ਡੈਲੀਕੇਟ ਬਲੋ ਪਹਿਲੀ ਵਾਰ 6 ਸਾਥੀਆਂ ਸਮੇਤ ਹਿੱਸਾ ਲਿਆ ਅਤੇ ਉਰਦੂ ਵਿੱਚ ਭਾਸ਼ਣ ਦਿੱਤਾ। ਅਲਾਹਾਬਾਦ ਤੋਂ ਬਾਅਦ ਕਾਂਗਰਸ ਦਾ ਅਗਲਾ اجلاس ਮੁੰਬਈ ਵਿੱਚ ਹੋਇਆ ਜਿੱਥੇ ਉਹਨਾਂ ਦੀ ਮੁਲਾਕਾਤ ਮਿਸਟਰ ਹਿਊਮ ਅਤੇ ਬ੍ਰੈਡਲਾ ਨਾਲ ਹੋਈ। ਇੱਥੇ ਹੀ ਉਹ ਗਰਮ ਦਲ ਦੇ ਵਿਪਨ ਚੰਦਰਪਾਲ ਅਤੇ ਬਾਲ ਗੰਗਾਧਰ ਤਿਲਕ ਦੇ ਸੰਪਰਕ ਵਿੱਚ ਆਏ। 1907 ਵਿੱਚ ਲਾਲਾ ਲਾਜਪਤਰਾਏ ਨੇ ਅਜੀਤ ਸਿੰਘ ਨਾਲ ਮਿਲ ਕੇ 파ਰਤ ਮਾਤਾ ਨਾ ਦੀ ਜਥੇਬੰਦੀ ਸਥਾਪਿਤ ਕਰਕੇ ਕਿਸਾਨ ਅੰਦੋਲਨ ਸ਼ੁਰੂ ਕੀਤਾ ਇਸ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਨਹਿਰੀ ਨਵ ਆਬਾਦੀਆਂ ਦੇ ਕਾਨੂੰਨ ਦਾ ਵਿਰੋਧ ਕਰਨਾ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸੀ ਇਸ ਅੰਦੋਲਨ ਵਿੱਚ ਭੜਕਾਊ ਭਾਸ਼ਣ ਦੇ ਜੁਰਮ ਵਿੱਚ ਲਾਲਾ ਜੀ ਨੂੰ 9 ਮਈ 1907 ਨੂੰ ਗ੍ਰਿਫਤਾਰ ਕਰਕੇ 6 ਮਹੀਨੇ ਲਈ ਮੰਡਲੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ 11 ਨਵੰਬਰ 1907 ਨੂੰ ਰਿਹਾ ਹੋਣ ਤੋਂ ਬਾਅਦ ਉਹ ਲਾਹੌਰ ਪਹੁੰਚੇ ਜਿੱਥੇ ਉਹਨਾਂ ਦੇ ਸਨਮਾਨ ਵਿੱਚ ਕਈ ਥਾਵਾਂ ਤੇ ਸਮਾਗਮ ਕੀਤੇ ਗਏ 22 ਅਕਤੂਬਰ 1917 ਨੂੰ ਇੰਡੀਅਨ ਹੋਮ ਰੂਲ ਲੀਗ ਆਫ ਅਮਰੀਕਾ ਦੀ ਸਥਾਪਨਾ ਕੀਤੀ ਜਿਸ ਦੇ ਉਹ ਪਹਿਲੇ ਪ੍ਰਧਾਨ ਅਤੇ ਡਾਕਟਰ ਐਨ ਐਮ ਹਰਦੀਕਰ ਜਨਰਲ ਸਕੱਤਰ ਨਿਯੁਕਤ ਹੋਏ 1918 ਵਿੱਚ ਉਹਨਾਂ ਨੇ ਯੰਗ ਇੰਡੀਆ ਨਾਂ ਦੀ ਪੁਸਤਕ ਲਿਖੀ 1920 ਵਿੱਚ ਲਾਹੌਰ ਤੋਂ ਬੰਦੇ ਮਾਤਰਮ ਨਾਂ ਦਾ ਉਰਦੂ ਪਰਚਾ ਜਾਰੀ ਕੀਤਾ 3 ਦਸੰਬਰ 1921 ਨੂੰ ਲਾਲਾ ਜੀ ਨੂੰ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲੈਣ ਲਈ ਪ੍ਰਿੰਸ ਆਫ ਵੇਲਜ਼ ਦੀ ਪਾਰਥ ਫੇਰੀ ਦਾ ਬਾਈਕਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਮਗਰੋਂ 16 ਅਗਸਤ 1923 ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਰਿਹਾ ਕਰ ਦਿੱਤਾ ਗਿਆ 25 ਜਨਵਰੀ 1926 ਨੂੰ ਸਵਰਾਜ ਪਾਰਟੀ ਦੇ ਮੈਂਬਰ ਚੁਣੇ ਗਏ ਅਤੇ ਵਿਧਾਨ ਸਭਾ ਦੀ ਖਾਲੀ ਹੋਈ ਸੀਟ ਤੋਂ ਉਪ ਚੋਣ ਲੜ ਕੇ ਪਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ 3 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਵਿਰੁੱਧ ਹੋਏ ਇਕੱਠ ਵਿੱਚ ਪੁਲਿਸ ਦਸਤੇ ਨੇ ਲਾਹੌਰ ਦੇ ਸਹਾਇਕ ਪੁਲਿਸ ਸੁਪਰਡੈਂਟ ਜੇਪੀ ਸਾਂਡਰਸ ਦੀ ਅਗਵਾਈ ਹੇਠ ਮਜਾਰਾ ਕਰੀਆਂ ਨੂੰ ਕੋਈ ਚੇਤਾਵਨੀ ਦਿੱਤੇ ਬਿਨਾ ਉਨ੍ਹਾਂ ਤੇ ਲਾਠੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਲਾਠੀਚਾਰਜ ਦੌਰਾਨ ਲਾਲਾ ਜੀ ਨੂੰ ਛਾਤੀ ਵਿੱਚ ਲਾਠੀਆਂ ਲੱਗੀਆਂ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਆਖਿਰ ਇਹਨਾਂ ਸੱਟਾਂ ਕਰ ਸੁਤੰਤਰਤਾ ਸੰਗਰਾਮ ਦਾ ਇਹ ਸੂਰਮਾ 17 ਨਵੰਬਰ 1928 ਦੀ ਸਵੇਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖਿਆ